ਕਹਾਣੀ ਦਾ ਸਰਲੇਖ ਹੈਗਾ ਆਖਰੀ ਇੱਛਾ ਆਖਰੀ ਇੱਛਾ ਮਤਲਬ ਕਿ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਉਹਦੀ ਆਖਰੀ ਇੱਛਾ ਕੀ ਹੁੰਦੀ ਹੈ ਤਾਂ ਕੀ ਹੁੰਦਾ ਵੀ ਇੱਕ ਬਜ਼ੁਰਗ ਦੀ ਬਾਹਰਲੇ ਦੇਸ਼ ਵਿੱਚ ਕੈਨੇਡਾ ਦੇ ਵਿੱਚ ਡੈਥ ਹੋ ਜਾਂਦੀ ਹੈ ਤਾਂ ਬੇਬੇ ਦੀ ਆਖਰੀ ਇੱਛਾ ਹੁੰਦੀ ਹੈ ਕਿ ਮਰਾਂ ਭਾਵੇਂ ਮੈਂ ਕੈਨੇਡਾ ਤੇ ਚ ਪਰ ਮੇਰਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਪਿੰਡ 'ਚ ਹੋਣਾ ਚਾਹੀਦਾ ਮੇਰੇ ਪਿੰਡ 'ਚ ਤਾਂ ਸਾਰੇ ਪਰਿਵਾਰ ਨੇ ਸੋਚਿਆ ਵੀ ਕਿਉਂ ਨਾ ਬੇਬੇ ਦੀ ਆਖਰੀ ਇੱਛਾ ਪੂਰੀ ਕੀਤੀ ਜਾਵੇ ਤਾਂ ਉਹਨਾਂ ਦੀ ਬੇਟੀ ਨੇ ਭਾਰਾ ਖਰਚਾ ਕਰਕੇ ਇੱਕ ਡੈੱਡ ਬੋਡੀ ਵਾਸਤੇ ਇੱਕ ਜਿਹੜਾ ਕਿ ਲੱਕੜੀ ਦਾ ਬਾਕਸ ਮੰਗਾਇਆ ਤੇ ਉਹਦੇ ਵਿੱਚ ਬੇਬੇ ਨੂੰ ਪਾ ਕੇ ਬੰਦ ਕਰਤਾ ਇੰਨਾ ਬੰਦ ਕਰਤਾ ਕਿ ਹਵਾ ਵੀ ਨਾ ਪਾਸ ਹੋ ਸਕੇ ਤੇ ਜਿਹੜੀ ਬੇਟੀ ਸੀਗੀ ਉਹਨੇ ਕੀ ਕੀਤਾ ਉਹਨੇ ਇੱਕ ਲੈਟਰ ਲਿਖਿਆ ਪੰਜਾਬੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਲੈਟਰ ਲਿਖਿਆ ਤੇ ਲੈਟਰ ਦੇ ਉੱਤੇ ਲਿਖ ਕੇ ਸਾਰਾ ਕੁਝ ਤੇ ਉਹ ਲੈਟਰ ਨੂੰ ਬਾਡੀ ਡੈੱਡ ਬਾਡੀ ਦਾ ਜਿਹੜਾ ਬਾਕਸ ਹੈ ਉਹਦੇ ਉੱਤੇ ਬੰਨਤਾ ਤੇ ਜਦੋਂ ਉਹਨੂੰ ਲੈਟਰ ਨੂੰ ਪੜ੍ਹਦੇ ਆ ਤਾਂ ਉਹਦੇ ਲੈਟਰ ਦੇ ਵਿੱਚ ਕੀ ਲਿਖਿਆ ਹੋਇਆ ਹੈ ਆਪਣੇ ਪਰਿਵਾਰ ਵਾਲਿਆਂ ਨੂੰ ਲਿਖਦੀ ਹੈ ਡੈੱਡ ਬਾਡੀ ਭੇਜਦੀ ਹੈ ਤੇ ਉਹਦੇ ਵਿੱਚ ਲਿਖਿਆ ਹੋਇਆ ਕਹਿੰਦੀ ਡੀਅਰ ਅਮਰਜੀਤ ਸਤਿੰਦਰ ਮਨਜੀਤ ਅਤੇ ਕੁਲਜੀਤ ਮੈਂ ਬੀਜੀ ਦੀ ਬਾਡੀ ਭੇਜ ਰਹੀ ਹਾਂ ਕਿਉਂਕਿ ਉਹਨਾਂ ਦੀ ਲਾਸਟ ਵਿਸ਼ ਸੀ ਕਿ ਉਹਨਾਂ ਦਾ ਸੰਸਕਾਰ ਪੰਜਾਬ 'ਚ ਹੋਵੇ ਸੌਰੀ ਮੈਂ ਨਹੀਂ ਆ ਸਕਦੀ ਕਿਉਂਕਿ ਮੇਰੀਆਂ ਛੁੱਟੀਆਂ ਮੁੱਕ ਗਈਆਂ ਨੇ ਬੀਜੀ ਦੀ ਬਾਡੀ ਥੱਲੇ ਤੁਹਾਨੂੰ 10 ਪੈਕਟ ਪ੍ਰੋਟੀਨ ਪਾਊਡਰ ਦੇ 8 ਪੈਕਟ ਚਾਕਲੇਟ ਦੇ ਤੇ 5 ਪੈਕਟ ਬਦਾਮ ਦੇ ਮਿਲਣਗੇ ਆਪੇ ਵੰਡ ਲਿਓ ਬੀਜੀ ਨੇ ਜਿਹੜੇ ਬੂਟ ਪਾਏ ਨੇ ਉਹ ਨਾਈਕੀ ਦੇ 10 ਨੰਬਰ ਸਾਈਜ਼ ਦੇ ਬਲਜੀਤ ਲਈ ਨੇ ਬੀਜੀ ਨੇ 10 ਡਿਜ਼ਾਈਨਰ ਟੀ-ਸ਼ਰਟ ਪਈਆਂ ਹੋਈਆਂ ਨੇ ਆਪਣੇ ਆਪਣੇ ਹਿਸਾਬ ਨਾਲ ਵੰਡ ਲਿਓ ਕੋਈ ਸਾਈਜ਼ XXL ਹੈ ਕੋਈ XL ਹੈ ਕੋਈ M ਹੈ ਕੋਈ S ਹੈ ਸੋ ਉਹਨਾਂ ਚ ਜਿਹੜਾ XXL ਸਾਈਜ਼ ਹੈ ਉਹ ਸਤਿੰਦਰ ਦੇ ਲਈ ਹੈ ਦੋ ਨਵੀਆਂ ਲਿਵਾਈਸ ਦੀਆਂ ਜਿੰਨਾ ਜਿਹੜੀਆਂ ਬੀਜੀ ਨੇ ਪਾਈਆਂ ਹੋਈਆਂ ਨੇ ਇਹ ਜਿੱਤੋ ਦੇ ਬੱਚਿਆਂ ਲਈ ਨੇ ਉਹਨਾਂ ਦੇ ਗੁੱਟ ਤੇ ਬੰਨੀ ਹੋਈ ਰਾਡੋ ਦੀ ਘੜੀ ਜਿਹੜੀ ਪ੍ਰੀਤੋਂ ਨੇ ਮੰਗੀ ਸੀ ਉਹ ਬੰਨੀ ਹੋਈ ਹੈ। ਸ਼ਾਂਤੀ 마ਸੀ ਲਈ ਜਿਹੜੀ ਨੈਕਲਿਸ ਤੇ 이어ਰਿੰਗ ਤੁਸੀਂ ਮੰਗਾਏ ਸੀਗੇ। ਸ਼ਾਂਤੀ 마ਸੀ ਨੂੰ ਸੰਬੋਧਿਤ ਹੋ ਕੇ ਕਹਿੰਦੀ ਹੈ ਵੀ ਸ਼ਾਂਤੀ 마ਸੀ ਜਿਹੜੀ ਤੁਸੀਂ ਨੈਕਲਿਸ ਤੇ 이어ਰਿੰਗ ਮੰਗਾਏ ਸੀਗੇ ਉਹ ਬੀਜੀ ਦੇ ਪਾਏ ਹੋਏ ਨੇ ਤੁਸੀਂ ਲਾ ਲਿਓ। 6 ਵਾਈਟ ਕਾਟਨ ਦੀਆਂ ਸਾਫਸਾਂ ਜਿਹੜੀਆਂ ਬੀਜੀ ਨੇ ਪਾਈਆਂ ਨੇ ਉਹ ਨਿਆਣਿਆਂ ਚ ਵੰਡ ਦਿਓ। ਵਿਦ ਲੱਭ ਤੁਹਾਡੀ ਜੀਤੋ। ਜੇ ਕੁਝ ਹੋਰ ਚਾਹੀਦਾ ਹੋਵੇ ਦੱਸ ਦਿਓ। ਪਾਪਾ ਜੀ ਵੀ ਅੱਜਕੱਲ ਬਹੁਤ ਠੀਕ ਨਹੀਂ ਰਹਿੰਦੇ ਲਾਸਟ ਦੇ ਵਿੱਚ ਲਹਿਨ ਲਿਖਦੀ ਹੈ ਜੇ ਕੁਝ ਹੋਰ ਚਾਹੀਦਾ ਹੋਵੇ ਤਾਂ ਦੱਸ ਦਿਓ ਪਾਪਾ ਜੀ ਵੀ ਅੱਜਕੱਲ ਬਹੁਤ ਠੀਕ ਨਹੀਂ ਰਹਿੰਦੇ ਤੇ ਉਹਨਾਂ ਦੀ ਵੀ ਅੰਤਿਮ ਇੱਛਾ ਹੈ ਲਾਸਟ ਵਿਸ਼ ਹੈ ਕਿ ਮੇਰਾ ਸੰਸਕਾਰ ਆਪਣੇ ਪਿੰਡ 'ਚ ਹੀ ਕੀਤਾ ਜਾਵੇ ਸੋ ਇਹ ਸੀ ਕਹਾਣੀ ਆਖਰੀ ਇੱਛਾ